ਵੈਲਕਮ ਆਈ ਤੁਹਾਡਾ ਸਾਰਿਆਂ ਦਾ ਆਪਣੇ ਕੋਵ ਨਵੇਂ ਵਲੋਗ ਦੇ ਵਿੱਚ। ਅਤੇ ਅੱਜ ਮੈਂ ਹਲੇ ਪਾਰਨਾ ਨਹੀਂ ਬੰਨਿਆ, ਅੱਜ ਮੈਂ ਕੇਸੀ ਨਹਾਤਾ ਸੀਗਾ ਅਤੇ ਮੈਂ ਇੱਦਾਂ ਹੀ ਆ ਗਿਆ ਮੋਟਰ 'ਤੇ। ਅਤੇ ਫਿਲਹਾਲ ਮੋਟਰ 'ਤੇ ਆਪਣੇ ਦੇਖ ਲਓ ਤੁਸੀਂ ਪਾਣੀ ਲਾਉਣ ਲੱਗੇ ਹੋਏ ਆਗੇ ਅਤੇ ਮੈਂ ਰੋਟੀ ਬਣਾਉਣ ਆਇਆ ਸੀਗਾ। ਇਹਦੇ 'ਚ ਹੈਗੀ ਡੈਡੀ ਅਤੇ ਗੁਰੀ ਦੀ ਅਤੇ ਉਹਦੇ 'ਚ ਚਾਚੇ ਦੀ ਆ, ਅਤੇ ਚਾਚਾ ਅਲੱਗ ਖਾਲ 'ਚ ਆ, ਡੈਡੀ ਅਤੇ ਗੁਰੀ ਇੱਕ ਖਾਲ 'ਚ ਨੇਗੇ ਅਤੇ ਉਹ ਇਕੱਠੇ ਖਾ ਲੈਣਗੇ, ਇਸ ਕਰਕੇ ਇਕੱਠੀਆਂ ਬੰਨੀਆਂ ਹੋਈਆਂ ਰੋਟੀ। ਬਾਕੀ ਉਹ ਦੇਖੋ ਤੁਸੀਂ ਆਪਣੇ ਬੰਦੇ, ਅਤੇ ਡੈਡੀ ਵੀ ਉੱਥੇ ਫਿਰਦੇ ਆਗੇ ਪਾਣੀ ਲਾਉਂਦੇ ਆ, ਅਤੇ ਤੁਹਾਨੂੰ ਡੈਡੀ ਨਾਲ ਮਿਲਾਵਾਂਗੇ। ਤੁਸੀਂ ਕਹਿੰਦੇ ਹੋ ਵੀ ਡੈਡੀ ਕਿੱਥੇ ਹੈਗਾ, ਵੀ ਡੈਡੀ ਤੁਹਾਨੂੰ ਕਦੇ ਦੇਖਿਆ ਨਹੀਂ, ਨਾ ਕਦੇ ਕੰਮ ਕਰਦੇ ਹੋਏ ਦੇਖਿਆ ਹੈਗਾ, ਅੱਜ ਦਿਖਾ ਦਿੰਦਾ ਤੁਹਾਨੂੰ। ਅਤੇ ਆਹ ਦੇਖੋ ਆਪਣੇ ਬੰਦੇ ਫਿਰਦੇ ਹੈਗੇ, ਤੁਹਾਨੂੰ ਕੋਲ ਜਾ ਕੇ ਬੁਲਾਉਂਦੇ ਹਾਂ। ਆਹ ਮੇਰੇ ਡੈਡੀ ਨੇ ਦੇਖੋ ਪਾਣੀ ਲਾਉਣ ਲੱਗੇ ਹੋਏ ਸੀਗਾ ਚਾਚਾ, ਅਤੇ ਗੁਰੀ ਬਾਈ ਆਪਣਾ ਬਹੁਤ ਦੂਰ ਫਿਰਦਾ, ਉਹ ਸੀਗਾ ਦੇਖੋ ਉਹ ਸੀਗਾ, ਅਤੇ ਡੈਡੀ ਉਰੇ ਆ। ਅਤੇ ਨਿਆਣੇ ਅੱਜ ਮਿਲ ਕੇ ਪਾਣੀ ਲਾਉਣ ਲੱਗੇ ਹੋਏ ਆ, ਕਹਿੰਦੇ ਕੰਮ ਨਿਬੇੜ ਨੇ ਗਏ ਜੀ ਛੇਤੀ ਛੇਤੀ। ਅਤੇ ਚਲੋ ਹੁਣ ਆਪਾਂ ਤਾਂ ਘਰ ਨੂੰ ਚੱਲਦੇ ਹਾਂਗੇ, ਆਪਣਾ ਕੋਈ ਕੰਮ ਨਹੀਂ ਉਰੇ, ਘਰੇ ਚੱਲ ਕੇ ਖਾਣ ਤੋਂ ਪਹਿਲਾਂ ਰੋਟੀ ਤਾਂ ਫੜਾ ਦਈਏ, ਭੁੱਲ ਗਏ ਸੀਗੇ ਰੋਟੀ ਫੜਾ ਕੇ ਆਉਣਾ ਚਾਚੇ ਨੂੰ। ਅਤੇ ਆਹ ਭਲਾ ਆਪਣਾ ਖੱਤਾ ਗਾ ਤੁਸੀਂ ਦੇਖ ਸਕਦੇ ਹੋ, ਅਤੇ ਆਹ ਆਪਣੇ ਗੁਆਂਢੀ ਦਾ ਯਾਨੀ ਕਿ ਗੁਆਂਢੀਆਂ ਦਾ ਖੇਤ ਹੈਗਾ, ਅਤੇ ਨੀਵਾਂ ਬਹੁਤ ਹੈਗਾ, ਦੇਖੋ ਆਪਣਾ ਖੱਤਾ ਕਿੰਨਾ ਉੱਚਾ ਹੈਗਾ, ਅਤੇ ਉੱਧਰ ਵੀ ਸਾਰੇ ਐਂ ਹੀ ਹੈਗਾ, ਸਾਰੇ ਪਾਸਿਓਂ ਉੱਚਾ ਹੈਗਾ, ਖਾਰ ਵਾਲੀ ਪੈਂਦੀ ਆ ਉਹਨੂੰ। ਦੇਖੋ ਤੁਸੀਂ ਵੇਲਾਂ ਕਿੰਨੀਆਂ ਘੈਂਟ ਖੜੀਆਂ ਨੇਗੀਆਂ, ਅਤੇ ਬਸ ਮਹੀਨਾ ਇੱਕ ਰਹਿ ਗਿਆ ਸਾਰਾ ਹੀ, ਫਿਰ ਇਹਨੂੰ ਪੱਟਾਂਗੇ। ਚਾਚਾ ਕਹਿੰਦਾ ਮੈਂ ਖਾਲ 'ਚ ਪਾਣੀ ਪੀ ਲੈਣਾ। ਚਾਚਾ ਵਧੀਆ ਹੁੰਦਾ ਪਾਣੀ ਖਾਲ 'ਚੋਂ, ਹੈਂ ਵਧੀਆ ਵਧੀਆ ਨਾ, ਚਲੋ ਮਿੱਟੀ 'ਚ ਹੀ ਆਉਂਦਾ ਪਾਣੀ ਵੀ ਤਾਂ ਥੱਲਿਓ, ਵੀ ਤਾਂ ਥੱਲਿਓ ਧਰਤੀ 'ਚੋਂ ਹੀ ਆਉਂਦਾ ਚਾਚਾ ਕਹਿੰਦਾ, ਫਿਰ ਕੀ ਹੁੰਦਾ ਗਾ, ਚੱਕ ਦੇ ਫੱਟੇ ਉਹ 'ਤੇ। ਗੱਡੀ ਲੈ ਕੇ ਆਇਆ ਸੀਗਾ ਕਿਉਂਕਿ ਫਿਰ ਸਕੂਟਰੀ ਤਾਂ ਉਰੀ ਸੀਗੀ, ਘਰੋਂ ਕੋਈ ਆਉਣ ਨੂੰ ਉਰੇ ਸਾਧਨ ਵੀ ਨਹੀਂ ਸੀਗਾ, ਅਤੇ ਮੈਂ ਗੱਡੀ ਚੱਕ ਲਿਆ, ਅਤੇ ਹੁਣ ਗੱਡੀ ਲੈ ਕੇ ਘਰ ਨੂੰ ਚੱਲਦੇ ਹਾਂ। ਚਲੋ ਫਿਰ ਆਪਾਂ ਹੁਣ ਚੱਲਦੇ ਹਾਂ। ਨਵੇਂ ਸਾਲ 'ਤੇ ਆਪਣੇ ਘਰ ਬਣ ਰਹੇ ਆ ਪਕੌੜੇ, ਕਿਹੜੇ ਨੇ ਗੋਭੀ ਵਾਲੇ ਨੇ, ਅਤੇ ਉੱਧਰਾਂ ਬੇਸਣ ਘੋਲਿਆ ਪਿਆ ਗਾ, ਅਤੇ ਹੁਣ ਪਕੌੜੇ ਬਣਨਗੇ, ਫਿਰ ਉਸ ਤੋਂ ਬਾਅਦ ਖਾਵਾਂਗੇ, ਹੋਰ ਤਾਂ ਕੀ ਕਰਾਂਗੇ। ਬਾਹਰ ਬਣਾਉਣ ਲੱਗੇ ਹੈਗੇ ਅੱਜ, ਨਹੀਂ ਅੱਗੇ ਅੰਦਰ ਬਣਾਉਂਦੇ ਹੁੰਦੇ ਆ ਉਹ ਜਿਹਾ ਟੇਸਟ ਨਹੀਂ ਆਉਂਦਾ, ਬਾਹਰ ਬਣਾਏ 'ਤੇ ਜੇ ਮੈਂ ਇਹ ਚੁੱਲ੍ਹੇ 'ਤੇ ਬਣਾਏ ਤਾਂ ਜ਼ਿਆਦਾ ਵਧੀਆ ਟੇਸਟ ਆਉਂਦਾ। ਲਿਆ ਕੇ ਮੈਂ ਘਰ ਖੜਾਤੀ ਸੀਗੀ, ਚਾਬੀ ਟੰਗਣੀ ਰਹਿ ਗਈ ਅੰਦਰ, ਚਾਬੀ ਟੰਗ ਕੇ ਆਵਾਂ ਨਹੀਂ ਖੋ ਜਾਂਦੀ ਆ, ਅਤੇ ਗੱਡੀ ਦੀ ਚਾਬੀ ਆਪਾਂ ਉਰੇ ਟੰਗਤੀ। ਉਹ ਜੀ ਪਕੌੜੇ ਆਪਣੇ ਬਣ ਚੁੱਕੇ ਨੇਗੇ, ਦੇਖੋ ਤੁਸੀਂ ਇੱਧਰ ਪਕੌੜੇ ਤਾਂ ਖਾ ਲਏ ਸੀਗੇ, ਹੁਣ ਕੋਕ ਪੀਂਦਾ ਸੀ ਫਿਲਹਾਲ ਮੈਂ, ਅਤੇ ਨਾਲੇ ਬਹੁਤ ਟਾਈਮ ਹੋ ਗਿਆ ਸੀਗਾ ਕੋਠੇ 'ਤੇ ਨਹੀਂ ਗੇੜਾ ਮਾਰਿਆ ਸੀ, ਮੈਂ ਕਿਹਾ ਚਲੋ ਕੋਠੇ 'ਤੇ ਵੀ ਗੇੜਾ ਮਾਰ ਲੈਂਦੇ ਹਾਂ। ਅਤੇ ਬਾਕੀ ਉਹ ਪਤਾ ਨਹੀਂ ਕਿਹੜਾ ਪਤੰਗ ਚੜਾਉਣ ਲੱਗਿਆ ਹੋਇਆ, ਉੱਧਰ ਚੱਲ ਕੇ ਦੇਖਦੇ ਹਾਂ। ਸਾਡੇ ਗੁਆਂਢੀਆਂ ਦਾ ਮੁੰਡਾ ਗਾ, ਦੇਖ ਕੇ ਆਉਂਦੇ ਉਹਦੇ ਨਾਲ ਪਤੰਗ ਚੜਾਉਂਦੇ ਆਪਾਂ ਵੀ, ਘਰ ਤੁਸੀਂ ਉੱਤੋਂ ਦੇਖ ਸਕਦੇ ਹੋਗੇ, ਦੇਖੋ ਤੁਸੀਂ ਉਹਨੂੰ ਕਿੰਨਾ ਨੀਵਾਂ ਗਾ, ਇੱਦਾਂ ਦੀ ਹੁਣ ਹੌਲੀ ਕੁ ਦਿਨ 'ਚ ਉਤਰਨਾ ਪਊਗਾ। ਬਸ ਬਸ ਸ਼ਾਂਤ ਸ਼ਾਂਤ ਸ਼ਾਂਤ, ਭੌਂਕਣ ਲੱਗ ਗਈਆਂ। ਮੁੰਡਾ ਕਹਿੰਦੇ ਪਤੰਗ ਚਾੜਨ ਲੱਗਿਆ ਹੋਇਆ ਸੀਗਾ, ਅਤੇ ਉਹ ਸੰਗਦਾ ਕਿਉਂ ਆ ਜਾ ਕੁਛ ਨਹੀਂ ਹੁੰਦਾ, ਅਤੇ ਅਸੀਂ ਪਤੰਗ ਉਡਾਉਣ ਲੱਗਣਾ ਸੀਗਾ। ਫਿਲਹਾਲ ਇੱਧਰ ਸਾਡੇ ਬੰਨੀ ਕੋਈ ਪਤੰਗ ਹੀ ਨਹੀਂ ਉਡਾਉਂਦਾ ਹੈਗਾ, ਕੱਲ੍ਹ ਨੂੰ ਲੈ ਕੇ ਆਵਾਂਗੇ ਅਸੀਂ ਆਪਸ 'ਚ, ਫਿਰ ਪੇਚੇ ਪੂਚੇ ਲਾਇਆ ਕਰਾਂਗੇ। ਸਾਡੇ ਬੰਨੀ ਕੋਈ ਪਤੰਗ ਨਹੀਂ ਉਡਾਉਂਦਾ, ਦੇਖ ਲਓ ਤੁਸੀਂ ਜਿਹੜੇ ਵੀ ਪਤੰਗ ਉੱਡਦੇ ਆ ਉਹ ਪਿੰਡ ਦੇ ਪਰਲੇ ਪਾਸੇ ਉੱਡਦੇ ਆ ਸਾਰੀ, ਇੱਧਰ ਇੱਕ ਹਵਾ ਵੀ ਐਨ ਹੋਈ ਆ, ਅਸੀਂ ਉੱਧਰ ਨੂੰ ਪਤੰਗ ਲੈ ਕੇ ਨਹੀਂ ਜਾ ਸਕਦੇ। ਤੁਸੀਂ ਆ ਮੁੰਡੇ ਦਾ ਟਰੈਕਟਰ ਦੇਖੋ, ਕਿਹੜਾ ਟਰੈਕਟਰ ਆ ਰਣਵੀਰ ਦੱਸ। ਸ਼ਾਂਤ 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 ਸ਼ਾਂਤ, ਆ ਦੇਖੋ ਹੁਣ ਮੁੰਡਾ ਤੁਹਾਨੂੰ ਸਟੰਟ ਕਰਾ ਕੇ ਦਿਖਾਉ, ਕਰ ਸਟੰਟ ਕਰਾ ਕੇ ਦਿਖਾ, ਕਰਦੇ ਖੜਾ ਟਰੈਕਟਰ ਖੜਾ ਕਰਦੇ। ਕਹਿੰਦੇ ਟਰੈਕਟਰ ਫਸ ਗਿਆ, ਹੈ ਵੀ ਟਰੈਕਟਰ ਤੁਸ ਗਿਆ, ਓਹੋ ਚੱਲ ਕੋਈ ਨਾ, ਹਾਂ ਨਿਕਲ ਗਿਆ ਨਿਕਲ ਗਿਆ, ਇੱਕ ਹੋਰ ਲਿਆਉਣੇ ਆਪਾਂ ਟਰੈਕਟਰ, ਫਿਰ ਕੱਢਿਆ ਕਰਾਂਗੇ, ਟੋਚਨ ਪਾਇਆ ਕਰਾਂਗੇ। ਕੋਈ ਨਾ ਕੋਈ ਨਾ, ਖਿੱਚ ਲਿਆ ਟਰੈਕਟਰ ਖਿੱਚ ਲਿਆ ਤੂੰ ਇੱਧਰ ਨੂੰ, ਹਾਂ ਹਾਂ ਲਿਆ 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 ਲਿਆ, ਆ ਜਾ ਖਿੱਚਲਾ ਖਿੱਚਲਾ ਖਿੱਚਲਾ, ਆਫ ਰੋਡਿੰਗ ਕਰਦੇ ਹਾਂ, ਹਾਂ ਹਾਂ ਚਲਾ ਹੁਣ ਇੱਥੇ ਚੱਲਣ ਦੇ ਆਫ ਰੋਡਿੰਗ, ਹਾਂ ਖਿੱਚਦੇ ਇਹਨੂੰ ਖਿੱਚਦੇ ਚੱਲਣ ਦੇ, ਹਾਂ ਇਹ ਦੇਖੋ ਤੁਸੀਂ ਐਂ ਜ਼ੋਰ ਲੱਗ ਰਿਹਾ, ਕਹਿੰਦੇ ਮੁੰਡੇ ਦਾ ਜ਼ੋਰ, ਇਹ ਆਹ ਦੇਖੋ ਲੈ ਖਿੱਚਦਾ 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 ਖਿੱਚਦਾ, ਦੁਬਾਰੇ ਕਿ ਨਹੀਂ ਕਿਵੇਂ ਕਰਦਾ ਸੀ ਕਰੀ, ਉਹ ਐ ਨੀ ਉੱਤੇ ਬਹਿ ਕੇ, ਉੱਤੇ ਬਹਿ ਕੇ ਕਰਕੇ ਦਿਖਾ ਖੜਾ, ਉੱਤੇ ਬਹਿ ਕੇ ਯਾਰ, ਐਂ ਤਾਂ ਮੈਂ ਵੀ ਕਰ ਦੂੰ, ਉੱਤੇ ਬਹਿ ਕੇ ਕਰ ਯਾਰ, ਜਿਵੇਂ ਪਹਿਲਾਂ ਕਰਦਾ ਸੀ, ਜਿਵੇਂ ਪਹਿਲਾਂ ਕਰਦੇ ਸੀ, ਇਹ ਬਾਅਦ ਚੋਂ ਪਹਿਲਾਂ ਉੱਤੇ ਬਹਿ ਕੇ ਉੱਤੇ ਬਹਿ ਕੇ, ਹਾਂ ਇਹ ਮੁੰਡਾ ਹੁਣ ਟਰੈਕਟਰ ਖੜਾ ਕਰਕੇ ਦਿਖਾਊ, ਦਿਖਾ ਤਾ ਸੀ, ਉਹ ਤੁਹਾਡੀ ਸਟੇਅਰਿੰਗ ਫਸ ਗਿਆ, ਇਹਨੂੰ ਐਂ ਕੱਢ ਲਾ, ਹਾਂ ਹੁਣ ਸੈੱਟ ਆ, ਖੜਾ ਕਰਦੇ ਹੁਣ ਕਰਦੇ ਖੜਾ ਕਰਦਾ, ਸਾਨੂੰ ਚੱਲੇ ਪਤੰਗ ਲੈਣ, ਤੇ ਦੇਖਦੇ ਆ ਪਿੰਡ 'ਚ ਇੱਕ ਤੋਂ ਮਿਲ ਜਾਣ, ਹੈਨਾ ਬਈ ਮਿਲ ਜਾਣਗੇ ਪਿੰਡ 'ਚੋਂ, ਆਹ ਮੁੰਡਾ ਮੇਰੇ ਨਾਲ ਡੋਰ ਕਰਨ ਡਾਈਏ ਪਤੰਗ, ਹੈ ਡਾਈਏ ਡਾ ਲੈਂਦੇ ਹਾਂ, ਹੈ ਨਾ ਇੱਕ ਵੀ ਪਤੰਗ ਨਹੀਂ ਉੱਡ ਰਿਹਾ ਇੱਧਰਲੇ ਪਾਸੇ, ਉਹ ਪਿੰਡ ਦੇ ਪਰਲੇ ਪਾਸੇ ਬਹੁਤ ਪਤੰਗ ਉੱਡਦੇ ਆ, ਕਹਿੰਦੇ ਇਕੱਠੇ ਹੀ ਤਿੰਨ ਪਤੰਗ ਲੈ ਰਹੇ, ਕਹਿੰਦੇ ਅੱਜ ਡਾਵਾਂਗੇ ਪਤੰਗ ਇਕੱਠੇ ਤਿੰਨ, ਡੋਰ ਦੇਖੋ ਤੁਸੀਂ ਕਿੰਨੀ ਲਈ ਆ,
फिलहाल सानू चढ़ाना नहीं आता, सीधी गल दसीए असी ट्राई करांगे, जे चढ़ गया तो वधिया गल आ। मैं तो कदे चढ़ाई नहीं, आ मुंडा चढ़ाउंदा रहिंदा हैना भी, तैनू आउंदा चढ़ाउणे? आउंदा। ओके आ लै आपां हुण चढ़ावांगे जाके ते सानू भी दिखाउणे। पतनामा पाउंदा गा ते लगभग पाई लईआं कहिंदे, हुण उड़ा के दिखाऊगा आपां नूं। है भी मैनूं तां वैसे आउंदा नहीं ना, मैं कदे उड़ाया, मैं सिर्फ तुहाडे लई थोड़ी डिमांड आ रही सी, पतंगा ते ब्लॉग लैके आओ ते लैके आवांगे पतंगा ते भी ब्लॉग। अज तां फिलहाल चैक कर रहे हां असीं भी किवें उड़ाया जा रहा, फिर बसंत पंचमी नूं उड़ावांगे। देखो देखो मुंडा कहिंदा ट्राइयां कर रहा, आ सट लिया इन्हें, ऐ मैनूं लगदा दो तीन पतंग खराब कर देने सटदे सट के, ते फिर बस। मैं तो हरेक साल मैं उड़ाउंदा नूं घट ही हुन्ना, पिछली बार उड़ाए सी, उदू पहला कदे नहीं उड़ाए सीगे असीं। आओ देखो कहिंदे मेरे वीरो सिरा लई जांदा मुंडा, पतंग साडा देखो गड्डी ते जाके डिग पए टुट के, डोर टुट गई, आ बंद दे तैनूं डोर छड्ड देने थले, लै बंद दे, गठ बननी नहीं आउंदी, लै फिर उत्ते फड़ा जा। फिलहाल साडी पतंग उड़ाउण दी टैसटिंग चल रही आ, फिर कलू नवीं डोर लिया के इक वधिया जी फिर डामांगे। ते दो पतंग होर लिया सी आ पए आ गए, चैक कर रहे सी असीं क्योंकि सानू डाउणा नहीं आउंदा, बसंत पंचमी नूं फिर डामांगे पूरे वधिया। ते मैं दस दस रियाले लियाया सीगा तीन, ते बाकी आ लै जी यार चक्के नाल ही, ठीक आ कल नूं डामांगे। चल बई ओके ब्रदर। हुण मोटर ते चलिया सीगा डैडी हुणां चाह फड़ाउण, ते ओह अज पाणी लाउण लग्गिया जिवें थोनूं पहलां वी तुसीं देखिया ही हैगा। पतंग आपां कट्ठे करते, डोर डूर भी कट्ठी कर ली, उड्डिया नहीं गा पतंग वधिया, नाले हवा भी पता नहीं मर जाए गई नहीं राहू नाल हैगा। देखो तुसीं सनसैट, ते ओह अपना गुरद्वारा तैयार हो रहा है जी पिंड दा। असीं गई चाह, ते चलो हुण चाह फड़ा के आउने। ते इहदे विच तुसीं देख सकदे पकौड़े भी ने। चलावेंगी गड्डी ते मैं फिर उधर बह जाना बिच मारी तू, आ जा उतर जा, मैं फड़ाया मैं गेरा चाह, तै ही करना नाल, मैं चलिया, मैं जान नहीं देना, आ लग गए बच गया। हुण गड्डी मैं चक के लैके जावां, चाबी तो चक लिया, भज के गेरा चाबी लिया। देखो तुसीं हुण मैं इहदे नाल चलाकी करूंगा, इहनूं चाबी फड़ के, चाबी चाबी फड़ा दे, तै ही करना नाल, उतर जा मैं इकल्ला ही जाना। ਹੁਣ ਮਾਰਦਾ ਸੈਲਫ, ਆਪਾਂ ਮੋਟਰ ਤੇ ਪਹੁੰਚ ਗਏ ਸੀਗੇ, ਗੱਡੀ ਬੰਦ ਕਰਦੀ, ਚੱਲ ਵੀ ਚੱਕ ਜਾ। ਮੋਟਰ ਤੇ ਆ ਕੇ ਤਾਂ ਯਾਰ ਅਲੱਗ ਹੀ ਫੀਲ ਜੀ ਆਉਂਦੀ ਹੁੰਦੀ ਆ, ਘੈਂਟ ਵਾਈ ਵਾਰੀ ਆ। ਇੱਧਰ ਆ ਪਾਣੀ ਜਾ ਰਿਹਾ ਖਾਲ ਚ, ਚਾਚਾ ਉੱਧਰ ਪਾਣੀ ਲਾਉਣ ਲੱਗਿਆ ਹੋਇਆ ਗਾ, ਉਹ ਸੀਗਾ ਖੜ ਜਾਂਦਾ ਹੁਣ, ਆ ਚਾਚਾ ਸੀਗਾ ਤੇ ਆਪਣਾ ਡੈਡੀ ਹੈਗਾ ਮੇਰਾ, ਮੇਰਾ ਡੈਡੀ ਉਰੇ ਪਾਣੀ ਲਾਉਣ ਲੱਗਿਆ। ਦੇਖੋ ਤੁਸੀਂ ਚਾਹ ਫੜਾ ਦੀਏ, ਕਿਹੜਾ ਚਾਹ ਪੀ ਲੈਣਗੇ। ਧੋਲਾ ਗਲਾਸ ਧੋਲਾ, ਦੇਖੋ ਤੁਸੀਂ ਮੋਟਰ ਵਿੱਚ ਨਾ ਸੜਦੀ ਭੈਣੇ ਚਾਹ, ਤੂੰ ਇੱਧਰ ਰੱਖ ਦੇ ਸਾਈਡ ਤੇ ਲੱਗ ਲਾ। ਇਹ ਕੀ ਆ, ਦੱਸ ਦੱਸ ਕੀ ਬੀਜਿਆ ਹੋਇਆ, ਤੂੰ ਦੱਸ। ਇਹ ਹੈਗਾ ਗਾ, ਇਹ ਸਰੋਂ ਆ, ਉਹ ਮੈਨੂੰ ਪਤਾ ਸੀਗਾ ਸਰੋਂ ਹੈ। ਆਪਣੇ ਆਲੂ, ਆ ਹਾਂ ਟੋਪੀ ਲੈ ਲਓ ਪਹਿਲਾਂ, ਦੇਖੋ 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 ਦੇਖੋ, ਆ ਵਲੌਗ ਚ ਆਹੋ ਡੈਡੀ ਤਿਆਰ ਹੋਣ ਲੱਗ ਗਿਆ ਜਦੋਂ ਵਲੌਗ ਚ ਆਉਣਾ ਕਹਿੰਦਾ। ਆ ਪੀ ਲਓ ਚਾਹ, ਲਓ ਜੀ ਚਾਚੇ ਨੂੰ ਵੀ ਪਿਆ ਕੇ ਆਉਣੀ ਆ, ਸ਼ੀਸ਼ੀ ਤੇ ਪਿਆ ਦੇ, ਪਾ ਦੇ ਕਿਹਾ ਚਾਹ, ਮੈਂ ਚਾਚੇ ਕੋਲ ਚੱਲਦਾ। ਪਤਾ ਸਨਸੈਟ ਦੇਖੋ ਤੁਸੀਂ, ਕਹਿੰਦੇ ਮੇਰੀ ਵੀਡੀਓ ਕੌਣ ਆ ਗਿਆ, ਕਹਿੰਦੇ ਗੁਲਜ਼ਾਰ ਸਿੰਘ ਦਿਓਲ ਆ ਗਿਆ, ਕਹਿੰਦੇ ਦੇਖ ਲਓ ਪਕੌੜੇ ਖਾ ਗਿਆ ਨਾਲ ਚਾਹ ਦੀ ਚੁਸਕੀ ਲਾ ਗਿਆ, ਹੈਨਾ ਵੀ। ਚੱਲ ਫਿਰ ਚੱਲੀਏ ਆਪਾਂ ਕਿਹਾ, ਚਲੋ ਘਰੇ ਚੱਲੀਏ, ਐਂ ਕਰੋ ਫਿਰ ਐਂ ਦੀ ਤਾਂ ਜਾਣਾ ਔਖਾ ਹੋਜੂ, ਪਹੀ ਤੋਂ ਹੀ ਚੱਲਦੇ ਆ। ਨਹੀਂ ਇੱਧਰ ਦੀ ਨਹੀਂ ਜਾਣਾ, ਤੂੰ ਆ ਜਾ ਫਿਰ ਉੱਧਰ ਦੀ, ਮੈਂ ਤਾਂ ਇੱਧਰ ਹੀ ਚੱਲਿਆ, ਚੱਲ ਸੱਚਾ ਆਰਾਮ ਨਾਲ ਜਾਵਾਂ। ਹਾਂ ਹਾਂ ਆ ਜਾ ਇੱਧਰ ਦੀ ਪਹੀ, ਉੱਤੋਂ ਦੀ ਜਾਵਾਂਗੇ, ਥੋੜਾ ਜੀ ਰਹਿ ਗਿਆ ਬਸ, ਠੀਕ ਆ ਫਿਰ ਕਰਕੇ ਆ ਜਾਓ, ਚੀਜ਼ ਦੀ ਲੋੜ ਹੋਈ ਫੋਨ ਕਰਨੀ ਫਿਰ ਜਦੀ। ਓਕੇ ਠੀਕ, ਚਲੋ ਮੇਰੇ ਵੀਰਿਓ ਆਪਾਂ ਘਰੇ ਚੱਲਦੇ ਆ, ਫਿਲਹਾਲ ਤਾਂ ਮੈਂ ਬੱਟ ਤੇ ਜਾ ਰਿਹਾ, ਹੌਲੀ ਹੌਲੀ ਤਲਕਣਾ ਜਾਈਏ। ਵੈਸੇ ਸਾਂਝੀ ਬੱਟ ਆ ਤਾਂ ਕਰਕੇ ਥੋੜੀ ਚੌੜੀ ਆ, ਵੈਸੇ ਇੰਨੀ ਕੁ ਚੌੜੀਆਂ ਹੁੰਦੀਆਂ ਨੇ ਬੱਟਾਂ ਮੈਨੂੰ ਲੱਗਦਾ। ਆਓ ਜੀ ਪਹੀ ਤੇ ਪਹੁੰਚ ਗਏ ਆਪਾਂ, ਉਹ ਖੜੀ ਆ ਗੱਡੀ, ਤੁਹਾਨੂੰ ਦੀਦੀ ਨਹੀਂ ਹੋਣੀ ਖਾਲਸਾ ਦਿਖਾਉਣਾ ਗਾ, ਤੇ ਆਹ ਦੇਖੋ ਜੀ ਤੁਸੀਂ, ਉਹ ਖੜੀ ਆ ਗੱਡੀ, ਏਡੀ ਦੂਰ ਮੈਨੂੰ ਭੱਜ ਕੇ ਜਾਣਾ ਪਊਗਾ, ਉਹਦੇ ਨਾਲ ਪਹਿਲਾਂ ਹਲੀ ਨਾਲ ਪਹਿਲਾਂ ਭੱਜ ਕੇ ਜਾਂਦੇ। ਦੇਖ ਲਓ ਤੁਸੀਂ ਮੈਂ ਭੱਜ ਕੇ ਆ ਗਿਆ, ਤੇ ਉਹ ਫਿਰਦੀ ਆ, ਉਹਨੂੰ ਆਉਣ ਦਿਓ ਫਿਰ ਦੱਸਾਂਗੇ। ਲਓ ਤੁਸੀਂ ਮੋਟੋ ਜੀ ਹੌਲੀ ਹੌਲੀ ਪਕੌੜੇ ਖਾਂਦੀ ਆਉਂਦੀ ਆ ਆਰਾਮ ਨਾਲ। ਹਾਂ ਮੈਂ ਨੀ ਖੋਲਦਾ ਲੋਕ, ਨਾ ਵੀ ਨਾ ਮੈਂ ਨੀ ਖੋਲਦਾ, ਬਾਏ ਮੈਂ ਚੱਲਿਆ ਬਾਏ। ਮੈਂ ਸਕੂਟਰੀ ਤੇ ਆਦਮੀ ਕਹਿੰਦੀ ਖੋਲ ਤਾਂ ਲੈ, ਲੈ ਜਾ ਉਹ ਲੱਗ ਗਿਆ, ਲੈ ਖੋਲ ਤਾ ਜਾ, ਤੇਰੇ ਨਾਲ ਪਹਿਲਾਂ ਆ ਗਿਆ ਮੈਂ,
फिलहाल चले टॉर्चा फड़ाउन डैडी दा फिर फोन आया मतलब भी तीन तीजा केड़ा गा मेरा डैडी नूं याद बारी बारी चीजा याद आउंदियां नहीं हुण फिलहाल अज दे ब्लॉग नूं पूरी खत्म करदे आंगे ते जिन्हें मैंने इंस्टाग्राम से फॉलो नहीं किया इंस्टाग्राम से फॉलो कर लो नीचे आईडी आ रही होगी नूर उपल 3600।